सीआरपीएफ ਦੇ ਉੱਤਰ ਪੱਛਮ ਖੇਤਰ ਨੇ ਇੰਟਰ ਸੈਕਟਰ ਫੁੱਟਬਾਲ ਚੈਂਪੀਅਨਸ਼ਿਪ ਤੇ ਕਬਜ਼ਾ ਜਮਾਇਆ ਜੰਧ ਦੇ ਸੀਆਰਪੀਐਫ ਗਰੁੱਪ ਸੈਂਟਰ ਵੱਲੋਂ ਕਰਵਾਏ ਗਏ ਇੰਟਰ ਸੈਕਟਰ ਫੁੱਟਬਾਲ ਮੁਕਾਬਲੇ ਦੇ ਜੇਤੂਆਂ ਨੂੰ ਡੀਆਈਜੀ ਗੁਰਸ਼ਕਤੀ ਸਿੰਘ ਸੋਢੀ ਨੇ ਸਨਮਾਨਿਤ ਕੀਤਾ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ 5 ਦਿਨ ਦੇ ਇਸ ਮੁਕਾਬਲੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 21 ਸੈਕਟਰ ਹੈੱਡਕੁਆਟਰ ਦੀਆਂ ਟੀਮਾਂ ਨੇ ਹਿੱਸਾ ਲਿਆ ਉੱਤਰ ਪੱਛਮ ਖੇਤਰ ਦੀ ਟੀਮ ਨੇ ਪਹਿਲਾ ਉੱਤਰ ਪੂਰਬ ਖੇਤਰ ਦੀ ਟੀਮ ਨੇ ਦੂਜਾ ਅਤੇ ਮੱਧ ਸੈਕਟਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ